ਬੱਸਾਂ ਵਾਲੇ ਨਾਲ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਬੱਸਾਂ ਵਾਲੇ ਜਾਂ ਹਿਮਾਚਲ ਬੱਸਾਂ ਵਾਲੇ ਇਹਨਾਂ ਤੇ ਚੱਲਦੇ ਕੀ ਇਹ ਦੇਖਦੇ ਕੁਝ ਨਹੀਂ ਹੈ ਅਣਗਹਿਲੀ ਨਾਲ ਇਹ ਆਊਟਸਾਈਡ ਚੱਲਦੇ ਇਸ ਕਰਕੇ ਐਕਸੀਡੈਂਟ ਦਾ ਮੁੱਖ ਕਾਰਨ ਇਹੀ ਹੈ ਕਿ ਇਹ ਕੋਈ ਵੀ ਅੱਗੇ ਪਿੱਛੇ ਨਹੀਂ ਦੇਖਦੇ ਹੈ ਇਸ ਕਰਕੇ ਅਪੀਲ ਹੈ ਸਰਕਾਰ ਨੂੰ ਅਪੀਲ ਹੈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਹਨਾਂ ਦੇ ਨਿਯਮਿਤ ਕਾਰਵਾਈ ਕੀਤੀ ਜਾਵੇ ਵਰਦੀ ਕਾਰਵਾਈ ਕੀਤੀ ਜਾਵੇ ਓਵਰ ਸਪੀਡ ਮੌਕੇ ਤੇ ਭੱਜ ਗਿਆ ਡਰਾਈਵਰ ਮੌਕੇ ਤੇ ਭੱਜ ਗਿਆ ਜੀ खालसा कॉलेज भी बहुत बच्चे इतने वो तो वो बच्चे पढ़ते हैं इतने स्पीड लिमिट की जाए मटौर स्कूल है गाह होर भी बस अड्डा का गंपरा चौंक गाह मजारा टी पॉइंट से भी एक्सीडेंट का मुख्य कारण यही है कि बसों वाले तेज जाते स्पीड में लिमिट किया जाए पुलिस भी अपनी कार्रवाई करे लोग पैदल भी जाते हैं रश बहुत ज़्यादा व्हीकल अजक बहुत ज़्यादा व्हीकल है इस करके इनके स्पीड को घटाया जाए तो पुलिस कार्रवाई की जाए ਅਸੀਂ ਆਪਣੇ ਸਕੂਟਰ 'ਤੇ ਮਜ਼ਾਰੇ ਤੋਂ ਅਨੰਦਪੁਰ ਸਾਹਿਬ ਵੱਲ ਨੂੰ ਆ ਰਿਹਾ ਸੀ ਅਤੇ ਜਦੋਂ ਇਹ ਬਰਫ਼ ਦੇ ਕਾਰਖਾਨੇ ਕੋਲ ਪੁੱਜਿਆ ਤਾਂ ਪਿੱਛੋਂ ਇੱਕ ਨਿਊ ਫਤਿਹਗੜ੍ਹ ਕੰਪਨੀ ਦੀ ਬੱਸ ਆਈ ਅਤੇ ਉਹਦਾ ਨੰਬਰ ਹੈਗਾ PV07BX ਕਰਮੀ 77 ਅਤੇ ਇਹ ਬੱਸ ਵਾਲੇ ਨੇ ਬੜੀ ਤੇਜ਼ ਸਪੀਡ 'ਚ ਸੀਗੀ ਬੱਸ ਬਹੁਤ ਤੇਜ਼ ਨਾਲ ਬਿਨਾਂ ਹਾਰਨ ਦਿੱਤੇ ਅਤੇ ਲਾਪਰਵਾਹੀ ਨਾਲ ਲਿਆ ਕੇ ਅਤੇ ਸਕੂਟਰ ਦੇ ਮੋਟਰ ਵਿੱਚ ਮਾਰੀ ਗੱਡੀ ਉਹ ਵਿੱਚ ਫਸ ਗਿਆ ਉਹਦੇ ਕਾਫੀ ਦੂਰ ਤੱਕ ਢੀਸਦੀ ਰਹੀ ਬਸ ਉਸ ਤੋਂ ਬਾਅਦ ਇਹਦੀ ਮੌਕੇ 'ਤੇ ਡੈਥ ਹੋ ਗਈ ਮੁੰਡੇ ਦੀ ਅਤੇ ਅਸੀਂ ਇਸ ਐਕਸੀਡੈਂਟ ਸੰਬੰਧੀ ਜਿਹੜਾ ਉਹਦੇ ਫਾਦਰ ਦੇ ਬਿਆਨ 'ਤੇ ਸੁਰਿੰਦਰਪਾਲ ਸਿੰਘ ਦੇ ਬਿਆਨ 'ਤੇ FIR ਦਰਜ ਕਰ ਦਿੱਤੀ ਹੈ ਜੀ ਅਤੇ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਜਿਹੜਾ ਡਰਾਈਵਰ ਸੀ ਜੀ ਉਹ ਮੌਕੇ 'ਤੇ ਫਰਾਰ ਮੌਕੇ 'ਤੇ ਭੱਜ ਗਿਆ ਜੀ ਡਰਾਈਵਰ ਮੌਕੇ 'ਤੇ ਭੱਜ ਗਿਆ ਜਿਹਨੂੰ ਜਲਦੀ ਅਰੈਸਟ ਕੀਤਾ ਜਾਊ ਅਤੇ ਇੱਕ ਜਿੱਦਾਂ ਓਵਰ ਸਪੀਡ ਬੱਸਾਂ ਬਹੁਤ ਚੱਲ ਰਹੀ ਆ ਜੀ ਉਸਦੇ ਇਹਦੇ ਵਿੱਚ ਅਸੀਂ ਜਿਹੜਾ ਐਕਸੀਡੈਂਟ ਦਾ ਮਾਮਲਾ ਇਹਦੇ ਵਿੱਚ ਅਸੀਂ ਓਵਰ ਸਪੀਡ ਦਾ ਵੀ ਜਿਹੜੀ ਸੈਕਸ਼ਨ ਲਾਵਾਂਗੇ ਲਾਪਰਵਾਹੀ ਵਾਲੀ ਲਾਵਾਂਗੇ ਜਿਹੜੀ ਨੈਗਲੀਜੈਂਟ ਡਰਾਈਵਿੰਗ ਦੀ ਕਾਰਵਾਈ ਹੋਏਗੀ।